ਅੱਛਾ ਯਾਰ ਮੈਂ ਐਵੇਂ ਮੈਂ ਐਨਕਾਂ ਲਾਈਆਂ ਚਿੱਟੀਆਂ ਆਪਣੇ ਵੱਲੋਂ ਪੂਰੀਆਂ ਚਿੱਟੀਆਂ ਲੈ ਕੇ ਆਇਆ ਵੀ ਮੈਂ ਫੁਕਰਾਂ ਨਾਲ ਲੱਗਾ ਪਰ ਨਹੀਂ ਗਾ ਮੈਂ ਜੇ ਤੁਹਾਨੂੰ ਲੱਗ ਜੇ ਮਾਫ਼ ਕਰਿਓ ਬਾਈ ਇਹ ਆਪਦੀਆਂ ਵੀ ਗਲਤੀਆਂ ਕੁਛ ਕੁ ਨਿੱਕੇ ਦੀਆਂ ਹੁੰਦੀਆਂ ਨੇ ਆਪ ਵੀ ਕਰ ਲੈਂਦਾ ਅਤੇ ਕੁਛ ਕੁ ਉਦੋਂ ਤਾਂ ਹੋ ਜਾਂਦੀਆਂ ਨੇ ਪਹਿਲਾਂ ਇੱਕ ਨਿੱਕੇ ਨੂੰ ਆਪਦੀਆਂ ਖਾਣੀਆਂ ਪੈ ਰਹੀਆਂ ਇੱਕ ਨਿੱਕੇ ਜੇ ਬਾਪੂ ਆ ਉਹਦੀਆਂ ਖਾਣੀਆਂ ਪੈ ਰਹੀਆਂ ਇਹੋ ਜਿਹਾ ਕਰੈਕਟਰ ਨਹੀਂ ਮੈਂ ਕੀਤਾ ਮਤਲਬ ਇੰਨੀ ਉੱਚੀ ਬੋਲਣ ਵਾਲਾ ਕੋਈ ਵਿਚਾਰਾ ਕਿੰਨਾ ਸ਼ਰੀਫ ਅਤੇ ਬੇਬੇ ਤਾਂ ਵੈਸੇ ਹੀ ਗੋਲੀ ਗਲਤ ਜਗ੍ਹਾ 'ਤੇ ਮਾਰਦੀ ਆ ਸੋ ਗੰਦੀਆਂ ਗੱਲਾਂ ਬਹੁਤੀਆਂ ਨਹੀਂ ਕਰਨ ਲੱਗ ਪਏ ਸਰਦਾਰ ਜੀ ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਰਨ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਫੋਰਐਵਰ ਮੀਡੀਆ ਅਕਸਰ ਘਰਾਂ ਦੇ ਵਿੱਚ ਜਿਹੜੇ ਨਿੱਕੇ ਬੱਚੇ ਹੁੰਦੇ ਨੇ ਉਹ ਸਾਰਿਆਂ ਦੇ ਲਾਡਲੇ ਹੁੰਦੇ ਨੇ ਅਤੇ ਸਭ ਤੋਂ ਜ਼ਿਆਦਾ ਸ਼ਰਾਰਤੀ ਵੀ ਹੁੰਦੇ ਨੇ ਪੰਜਾਬੀ ਇੰਡਸਟਰੀ ਦਾ ਵੀ ਇੱਕ ਇੱਦਾਂ ਦਾ ਨਿੱਕਾ ਹੈ ਜਿਹੜਾ ਸ਼ਰਾਰਤੀ ਵੀ ਹੈ ਅਤੇ ਸਾਰਿਆਂ ਦਾ ਪਿਆਰਾ ਅਤੇ ਇਸ ਕਰਕੇ ਨਿੱਕਾ ਤੀਜੀ ਵਾਰ ਫਿਰ ਆ ਰਿਹਾ ਨਿੱਕਾ ਜਾਲਦਾਰ 3 ਲੈ ਕੇ ਸਤਿ ਸ਼੍ਰੀ ਅਕਾਲ ਅੰਮੀ ਭਾਅ ਜੀ ਪਿਆਰ ਫਿਰ ਸਤਿ ਸ਼੍ਰੀ ਅਕਾਲ ਜੀ ਅਤੇ ਉਹਨਾਂ ਦੇ ਨਾਲ ਇੱਕ ਹੋਰ ਨੇ ਜਿਨ੍ਹਾਂ ਨੇ ਨਿੱਕੇ ਦੇ ਨਾਲ ਇਸ ਵਾਰ ਪੰਗਾ ਪਾਉਣਾ ਉਹਨੇ ਇਹ ਨਿੱਕੀ ਨੇ ਬਹੁਤ ਵੱਡੀ ਲੰਬੀ ਬਹੁਤ ਹੈ ਇਹ ਨਿੱਕੇ ਨਹੀਂ ਹੈ ਇਹ ਲੰਮੇ ਨਿੱਕੀ ਨਹੀਂ ਆਈ ਨਿੱਕੀ ਬੰਬੇ ਨਿੱਕੀ ਕੰਮ ਤੇ ਥੋੜੀ ਬਿਜ਼ੀ ਆ ਉਹਨੇ ਆਣਾ ਦੋ ਚਾਰ ਦਿਨਾਂ ਤੱਕ ਆਪਾਂ ਜਦੋਂ ਫਿਲਮ ਰਿਲੀਜ਼ ਹੋਈ ਉਦੋਂ ਮਿਲਾਵਾਂਗੇ ਤੁਹਾਨੂੰ ਉਹਦੇ ਨਾਲ ਜੀ ਭਾਜੀ ਤੇ ਨਿੱਕਾ ਜ਼ੈਲਦਾਰ 3 ਹੁਣ ਫਾਈਨਲੀ ਰਿਲੀਜ਼ ਹੋਣ ਵਾਲੀ ਹੈ ਜੀ ਤੇ ਕਿੰਨੀ ਕੁ ਐਕਸਾਈਟਮੈਂਟ ਆ ਦਿਲ ਦੇ ਵਿੱਚ ਕਿਉਂਕਿ ਨਿੱਕਾ ਇੱਕ ਇਹੋ ਜਿਹਾ ਸਬਜੈਕਟ ਹੈ ਨਾ ਮੈਨੂੰ ਲੱਗਦਾ ਕਿ ਐਮੀ ਬਾਈ ਟ੍ਰੇਲਰ ਦੇਖਣ ਤੋਂ ਬਾਅਦ ਮੈਂ ਤਾਂ ਟ੍ਰੇਲਰ ਇਹ ਵਾਲ ਇਸ ਫਿਲਮ ਦਾ ਬੜੀ ਵਾਰੀ ਦੇਖ ਲਿਆ ਤੇ ਮੈਨੂੰ ਟ੍ਰੇਲਰ ਵੇਖਣ ਤੋਂ ਬਾਅਦ ਇਹ ਲੱਗਦਾ ਹੈ ਕਿ ਇਹ ਦੋਵਾਂ ਫਿਲਮਾਂ ਨੂੰ ਮਾਤ ਪਾਉਣ ਵਾਲੀ ਹਾਂ ਕਹਿ ਸਕਦੇ ਹਾਂ ਜਨਰਲੀ ਮੈਂ ਵੀ ਤੁਹਾਨੂੰ ਕਹਿ ਸਕਦਾ ਇਹ ਤੇ ਜੇ ਮੈਨੂੰ ਲੱਗਦਾ ਹੁੰਦਾ ਵੀ ਮਾੜੀ ਮੋਟੀ 19-21 ਦੇ ਮੈਂ ਨਹੀਂ ਸੀ ਕਹਿਣਾ ਮਤਲਬ ਐਂ ਲੱਗਦਾ ਨਾ ਵੀ ਉਹੋ ਜਿਹੀ ਵੀ ਹੋਊਗੀ ਉਹੋ ਜਿਹੀ ਵੀ ਹੋਊਗੀ ਨਹੀਂ ਇਹ ਸੱਚੀ ਮਤਲਬ ਕਾਫੀ ਵੱਡੀ ਹੋਊਗੀ ਉਹਨਾਂ ਨਾਲੋਂ ਮੈਂ ਇਨ ਦਾ ਸੈਂਸ ਵੀ ਲੋਕਾਂ ਦੇ ਪਿਆਰ ਜਿਹਨੇ ਜਿਹੜੀ ਫਿਲਮ ਨੇ ਜ਼ਿਆਦਾ ਪਾਉਣਾ ਅਤੇ ਜਿਵੇਂ ਨਿੱਕਾ 1 ਅਤੇ ਨਿੱਕਾ 2 'ਚ ਲੋਕ ਕੰਪੇਅਰ ਕਰਦੇ ਸੀ ਵੀ ਨਿੱਕੇ 1 'ਚ ਕੌਮੇਡੀ ਜ਼ਿਆਦਾ ਸੀ ਦੂਜੀ ਥੋੜ੍ਹੀ ਅਸੀਂ ਫਿਲਮੀ ਟਾਈਪ ਫਿਲਮੀ ਟਾਈਪ ਇਨ ਦਾ ਸੈਂਸ ਵੀ ਉਹ 'ਚ ਇਮੋਸ਼ਨਸ ਜਾਂ ਸੀਗੇ ਉਹ ਅਤੇ ਉਹ ਮਤਲਬ ਮੈਨੂੰ ਜਿਵੇਂ ਬੈਟਰ ਸੈਕਿੰਡ ਲੱਗਦੀ ਸੀਗੀ ਉਸ ਪੁਆਇੰਟ ਆਫ ਵਿਊ ਤੋਂ ਫਿਲਮ ਦੇ ਪੁਆਇੰਟ ਆਫ ਵਿਊ ਤੋਂ ਬਟ ਲੋਕਾਂ ਨੇ ਪਸੰਦ ਪਹਿਲੀ ਕੀਤੀ ਸੀਗੀ ਅਤੇ ਮੈਂ ਪਹਿਲੀ ਵਾਲਾ ਜਿਹੜਾ ਉਹ ਦਿਮਾਗ 'ਚ ਆਪਣੇ ਰੱਖ ਕੇ ਇਹ ਫਿਲਮ ਸੋਚਦਾ ਪਿਆ ਵੀ ਜਨਰਲੀ ਬਹੁਤ ਵੱਡੀ ਬਿਲਕੁਲ ਕਿਉਂਕਿ ਮੈਂ ਜਦੋਂ ਹੁਣ ਨਿੱਕਾ ਜਾਲਦਾਰ 3 ਦੀ ਗੱਲ ਕਰਨ ਤੋਂ ਪਹਿਲਾਂ ਮੈਂ ਨਿੱਕਾ 1 ਵੀ ਵੇਖ ਕੇ ਆਇਆ ਤੇ ਮੈਨੂੰ ਸੋਨੀਆ ਜੀ ਵੀ ਦਿਖੇ ਸੀ ਉਹਦੇ ਵਿੱਚ ਤੁਹਾਨੂੰ ਤੰਗ ਕਰਦੇ ਹੋ ਹੈ ਨਾ ਵਿਚਾਰਾ ਇਹਨਾਂ ਦਾ ਇੱਕ ਆਸ਼ਿਕ ਵਿਚਾਰਾ ਟ੍ਰੇਨ ਤੇ ਪਿਆ ਹੈ ਇਸ ਫਿਲਮ ਦੇ ਵਿੱਚ ਤੰਗ ਤੇ ਨਹੀਂ ਖੈਰ ਕੀਤਾ ਇਹਨਾਂ ਨੇ ਮੈਨੂੰ ਤੁਸੀਂ ਕੀਤਾ ਆਪ ਹੋਇਆ ਆਪ ਹੋਇਆ ਨਾ ਆਪ ਹੀ ਆਉਂਦਾ ਉਹ ਵੀ ਕੁਹਾੜੀ ਜਾਂਦਾ ਯਾਰ ਆਉਂਦਾ ਆਪਣੇ ਪੈਰ ਤੇ ਆਪ ਕੁਹਾੜੀ ਮਾਰਨੀ ਹੈ ਨਾ ਤੇ ਉਹ ਕੰਮ ਹੀ ਸੀ ਤੇ ਆਪ ਲੱਭ ਕੇ ਕੁਹਾੜੀ ਤਿੱਖੀ ਕਰਾ ਦਿੱਤੀ ਬਦਲਾ ਲਿਆ ਇਹਨਾਂ ਨੇ ਮੇਰੇ ਤੋਂ ਹਾਂ ਰਿਵੈਂਜ ਲੈ ਲਿਆ ਨਹੀਂ ਵਾਂਚ ਤੁਸੀਂ ਇਹੋ ਜਿਹਾ ਕਿਆ ਕਰਦੇ ਬਦਲਾ ਬਦਲਾ ਹੀ ਨਹੀਂ ਵਾਂਚ ਇਹਨਾਂ ਨੇ ਜਾਵਾਂ ਚ ਮੰਡੋਲੀਆਂ ਮੈਂ ਤੇ ਕਦੇ ਕੁਝ ਕਦੇ ਕੁਝ ਹਾਂ ਰਾਈਟ ਵੋਡਕਾ ਪੀਤੀ ਆ ਆਂਦਾ ਕੁੱਕੜ ਚ ਨਿੱਕਰਾ ਪਾਈਏ ਨੇ ਲੌਬਸਟਰ ਖਾਦਾ ਹੈ ਸਾਰਾ ਕੁਝ ਕੀਤਾ ਸਾਰਾ ਕੁਝ ਬਿਲਕੁਲ ਭਾਈ ਜੀ ਇੱਕ ਨਿੱਕਾ ਇੱਕ ਐਂਟਰਟੇਨਮੈਂਟ ਰਾਈਡ ਆ ਹਨਾ ਤੇ ਇਸ ਐਂਟਰਟੇਨਮੈਂਟ ਰਾਈਡ ਦੇ ਵਿੱਚ ਇਸ ਹਰ ਵਾਰ ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਪੰਗਾ ਪੈਂਦਾ ਦੋ ਕੁੜੀਆਂ ਦੇ ਨਾਲ ਪੈਂਦਾ ਸਭ ਤੋਂ ਪਹਿਲਾਂ ਘਰ ਪੈਂਦਾ ਮੇਰਾ ਉਧਰ ਪਿੱਛੇ ਵੇਖੋ ਉੱਥੇ ਪੈਂਦਾ ਇਸ ਵਾਰ ਘਰ ਦੇ ਵਿੱਚ ਜ਼ਿਆਦਾ ਪੈ ਰਿਹਾ ਮੈਨੂੰ ਲੱਗਦਾ ਇਸ ਵਾਰ ਤਾਂ ਪੂਰਾ ਗੁੱਤਕਲੇ ਆ ਪੂਰਾ ਕਹਿ ਸਕਦੇ ਤੁਸੀਂ ਲਾਲੋ ਸਾਹਿਬ ਵੀ ਬੇਬੇ ਦਾ ਹੋਰ ਕਿਸੇ ਨਾਲ ਕੋਈ ਚੱਕਰ ਨਾ ਗਾ ਸਾਰੀ ਫਿਲਮ ਮਤਲਬ ਸਾਰੀ ਫੈਮਿਲੀ ਦੇ ਵਿੱਚੋਂ ਉਹਨੇ ਮੈਨੂੰ ਫੜਨਾ ਆ ਗਏ ਤੂੰ ਆਹ ਕਰਦਾ ਇੱਕ ਨਿੱਕੇ ਨੂੰ ਵੀ ਫੜਨਾ ਆ ਗਏ ਅਤੇ ਮੇਰੇ 'ਚੋਂ ਹੀ ਬਾਪੂ ਨੂੰ ਫੜਨਾ ਆ ਗਏ ਵੀ ਤੂੰ ਆਹ ਕੀ ਕਰਦਾ ਛੱਡ ਦੇ ਖੇੜਾ ਆਹ ਕਰਨਾ ਆਹ ਕਰਨਾ ਉਹ ਸਾਰਾ ਤੁਹਾਨੂੰ ਫਿਲਮ 'ਚ ਵੇਖਣ ਨੂੰ ਮਿਲਣਾ ਮੈਨੂੰ ਦੋ ਜਣੇ ਦੀਆਂ ਜੁੱਤੀਆਂ ਖਾਣੀਆਂ ਪੈ ਰਹੀਆਂ ਨੇ ਫਿਲਮ 'ਚ ਪਹਿਲਾਂ ਬਾਪੂ ਦੀਆਂ ਫਿਰ ਬੇਬੇ ਦੀਆਂ ਨਾ ਨਹੀਂ ਨਹੀਂ ਮਤਲਬ ਪਹਿਲਾਂ ਇੱਕ ਨਿੱਕੇ ਨੂੰ ਆਪਦੀਆਂ ਖਾਣੀਆਂ ਪੈ ਰਹੀਆਂ ਇੱਕ ਨਿੱਕੇ 'ਚ ਬਾਪੂ ਆ ਉਹਦੀਆਂ ਖਾਣੀਆਂ ਪੈ ਰਹੀਆਂ ਜੀ ਜਿਹੜਾ ਤੁਸੀਂ ਕਹਿੰਦੇ ਨੀ ਵੀ ਉਹਦੇ 'ਚ ਤਾਇਆ ਆ ਗਿਆ ਤਾਇਆ ਆ ਗਿਆ ਤਾਇਆ ਆ ਗਿਆ ਉਹ ਹੈਗਾ ਕਿ ਨਹੀਂ ਉਹ ਤੁਹਾਨੂੰ ਫਿਲਮ 'ਚ ਪਤਾ ਲੱਗੂਗਾ ਪਰ ਮੈਨੂੰ ਤਾਂ ਗਾਲਾਂ ਪੈ ਰਹੀਆਂ ਨੇ ਨਾ ਅਤੇ ਸੋਨੀਆ ਜੀ ਤੁਸੀਂ ਇਸ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਨੂੰ ਪਹਿਲੀ ਫਿਲਮ ਦੇ ਵਿੱਚ ਤਾਂ ਤੁਹਾਨੂੰ ਚਲੋ ਅਸੀਂ ਦੇਖਿਆ ਹੀ ਹੈ ਕਿ ਤੁਸੀਂ ਕਾਫੀ ਚਾਹ ਕੌਫੀਆਂ ਡੋਲ ਕੇ ਮੁੰਡੇ ਨੂੰ ਡਰਾਇਆ ਸੀਗਾ ਹੈ ਨਾ ਅਤੇ ਇਸ ਫਿਲਮ ਦੇ ਵਿੱਚ ਵੀ ਡਰਾਉਣ ਦਾ ਕੰਮ ਕਰ ਰਹੇ ਹੋ ਜਾਂ ਬਚਾਉਣ ਦਾ ਕੰਮ ਕਰ ਰਹੇ ਮਿਕਸ ਜਿਹਾ ਹੀ ਹੈ ਮੈਨੂੰ ਲੱਗਦਾ ਹਾਂ ਮਿਕਸ ਜਿਹਾ ਹੀ ਹੈ ਬਟ ਬਹੁਤ ਹੀ ਥੋੜ੍ਹਾ ਮਿਸਟੀਰੀਅਸ ਜਿਹਾ ਮੈਂ ਕੁਝ ਜ਼ਿਆਦਾ ਦੱਸ ਨਹੀਂ ਸਕਦੀ ਬਿਕੋਜ਼ ਆਈ ਵੁੱਡ ਸੇ ਕਿ ਦੈਟ ਇਜ਼ ਦ ਮੇਨ ਸਸਪੈਂਸ ਆਫ ਦ ਫਿਲਮ ਯੈਸ ਐਂਡ ਬਟ ਇਟਸ ਰੀਅਲੀ ਨਾਈਸ ਕੈਰੈਕਟਰ ਬਿਲਕੁਲ ਬਿਲਕੁਲ ਤੇ ਅਸੀਂ ਵੀ ਉਮੀਦ ਕਰਦੇ ਕਿ ਨਾਈਸ ਹੋਵੇ ਤੇ ਭਾਜੀ ਇੱਕ ਚੀਜ਼ ਹੋਰ ਹੈ ਪਹਿਲੀ ਫਿਲਮ 'ਚ ਵੀ ਸ਼ਹਿਰੀਮਾਨ ਸੀਗੇ ਦੂਸਰੀ 'ਚ ਵੀ ਸੀਗੇ ਤੀਸਰੀ 'ਚ ਵੀ ਕੋਈ ਹੈ ਤੁਸੀਂ ਵੇਖੋ ਉਹਦੇ 'ਚ ਕਿੰਨਾ ਕਿੰਨਾ ਰੋਲ ਸੀ ਉਹ ਦੱਸਣ ਵਾਲਾ ਸੀਗਾ ਗੈਸਟ ਅਪੀਅਰੈਂਸ ਸੀ ਨਾ ਜੀ ਬਿਲਕੁਲ ਗੈਸਟ ਅਪੀਅਰੈਂਸ ਕਦੇ ਕੋਈ ਦੱਸਦਾ ਹੁੰਦਾ ਚਲੋ ਸਮਝ ਗਿਆ ਮੈਂ ਨਹੀਂ ਦੱਸਣਾ ਮੈਂ ਬਿਲਕੁਲ ਸਮਝ ਗਿਆ ਤੁਹਾਡੀ ਗੱਲ ਤੁਸੀਂ ਨਹੀਂ ਦੱਸਣਾ ਚਾਹੁੰਦੇ ਇਸ ਵੇਖਣ ਲਈ 20 ਸਤੰਬਰ ਦੀ ਵੇਟ ਕਰਨੀ ਪੈਣੀ ਤੁਹਾਨੂੰ ਸਾਰਿਆਂ ਨੂੰ ਕਿ ਹੈਗੇ ਆ ਜਾਂ ਨਹੀਂ ਹੈਗੇ ਆ 20 ਨੂੰ ਵੇਖੋ ਇਹ 20 ਨੂੰ ਹੀ ਪਤਾ ਲੱਗੇਗਾ ਨਾ ਤੇ ਭਾਜੀ ਨਿੱਕਾ ਜੈਲਦਾਰ ਦੀ ਵਿੱਚ ਜਦੋਂ ਸਟੋਰੀ ਤੁਹਾਡੇ ਕੋਲ ਆਉਂਦੀ ਹੈ ਇਸ ਵਾਰ ਦੀ ਜਿਹੜੀ ਸਟੋਰੀ ਹੈ ਨਾ ਬੜਾ ਤੁਸੀਂ ਜਿਵੇਂ ਕਿਹਾ ਕਿ ਰੋਲੇ ਰੱਪੇ ਵਾਲੀ ਹੈ ਤੇ ਐਮੀ ਨੇ ਇਸ ਵਾਰ ਨਜ਼ਾਰੇ ਲੈਣੇ ਨਜ਼ਾਰੇ
ਸਾਨੂੰ ਬਣਾਉਂਦਿਆਂ ਵੀ ਇੰਨਾ ਸ਼ੁਗਰ ਲੱਗਦਾ ਜਦੋਂ ਅਸੀਂ ਲਿਖੀ ਸੀ ਫਿਲਮ ਫਿਲਮ ਲਿਖੀ ਮੈਂ ਗਿਆਨੀ ਭਾਅ ਜੀ ਜਗਦੀਪ ਅਤੇ ਮੇਰੇ ਨਾਲ ਖਰੇ ਰਾਜਾ ਜਾਂ ਲਾਲੇ 'ਚ ਆਉਣਾ ਸੀ ਚਾਰ ਜਣੇ ਸੀਗੇ ਗੱਡੀ 'ਚ ਅਤੇ ਅਸੀਂ ਦਿੱਲੀ ਜਾ ਰਹੇ ਸੀ ਆਈਡੀਆ ਜਿਹਾ ਅਸੀਂ ਘਰ ਬੈਠੇ ਹਾਂ ਸੋਚ ਲਿਆ ਰਾਤ ਨੂੰ ਪ੍ਰੋਗਰਾਮ ਸੀ ਮੇਰਾ ਦਿੱਲੀ ਅਤੇ ਰਾਤ ਨੂੰ ਦਿੱਲੀ ਵੀ ਸਟੇਅ ਕਰਨਾ ਸੀ ਸ਼ਾਇਦ ਪਤਾ ਨਹੀਂ ਘਰੇ ਆ ਗਏ ਸਿਆਲਾਂ ਦਾ ਸੀਗਾ ਟਾਈਮ ਅਤੇ ਅਸੀਂ ਪ੍ਰੋਗਰਾਮ ਵਾਸਤੇ ਜਾ ਰਹੇ ਹਾਂ ਜਾਂਦੇ ਜਾਂਦੇ ਇੱਕ ਓਵਰਵਿਊ ਜਿਹਾ ਬਣ ਗਿਆ ਫਿਲਮ ਦਾ ਅਤੇ ਵੀ ਇੱਥੋਂ ਐਂ ਜੀ ਕਰ ਲਵਾਂਗੇ ਇੱਥੋਂ ਐਂ ਜੀ ਕਰ ਲਵਾਂਗੇ ਐਂ ਜੀ ਕਰ ਲਵਾਂਗੇ ਅਤੇ ਉੱਥੇ ਜਾ ਕੇ ਮੈਂ ਪ੍ਰੋਗਰਾਮ ਲਾਇਆ ਜਗਦੀਪ ਅਤੇ ਗਿਆਨੀ ਆਪਦਾ ਅੱਡ ਬੈਠੇ ਰਹੇ ਫਿਲਮ ਵਿਆਹ 'ਚ ਖਾਂਦੇ ਫਿਰੀ ਗਏ ਉੱਥੇ ਵਿਆਹ ਦਾ ਪ੍ਰੋਗਰਾਮ ਸੀ ਦਿੱਲੀ ਅਤੇ ਵਾਹ ਵਾਹ ਐਟਮਾਂ ਜੀ ਉੱਥੇ ਖਾਂਦੇ ਫਿਰੀ ਮੁੜ ਕੇ ਆਫਰ ਗਏ ਆਉਂਦਿਆਂ ਨੂੰ ਉੱਥੇ ਸੁੱਤੇ ਰਹਾ ਮੈਂ ਗੱਲ ਨਹੀਂ ਕਰਨ ਡੇ ਹੁਣ ਫਿਲਮ ਦੇਖੀ ਜਾਂਦੇ ਨਾ ਤੁਸੀਂ ਮੇਰਾ ਸਿਰ ਖਾ ਕੇ ਆਉਂਦਾ ਸੁਰਤ ਨਹੀਂ ਆਉਂਦੀ ਜਲੇਬੀਆਂ ਨਾਲ ਜਦਾਈ ਹੋਏ ਖਾ ਗਾ ਰਬੜੀਆਂ ਜਲੇਬੀਆਂ ਅਤੇ ਉੱਥੇ ਫਿਰ ਅੱਧੇ ਗ੍ਰਾਹ ਮੈਨੂੰ ਉਠਾਇਆ ਮੈਂ ਗੱਲ ਕਰੂੰ ਫਿਰ ਅੱਧੇ ਆਉਂਦੀ ਡਿਵੈਲਪ ਹੋਈ ਫਿਲਮ ਵੀ ਆਹ ਕਰੈਕਟਰਾਈਜੇਸ਼ਨ ਹੋ ਗਈ ਆਹ ਜੋ ਚਲੋ ਸਕਰੀਨ ਪਲੇ ਨੂੰ ਸਮਾਂ ਲੱਗਦਾ ਡਾਇਲੋਗਸ ਨੂੰ ਸਮਾਂ ਲੱਗਦਾ ਬਹਿ ਕੇ ਬਟ ਫਿਲਮ ਦਾ ਜਿਹੜਾ ਓਵਰਵਿਊ ਜੇ ਸੀਗਾ ਉਹ ਗਿਆਨੀ ਭਾਅ ਜੀ ਕੋਲ ਮਤਲਬ ਆਲਰੇਡੀ ਉਹਨਾਂ ਨੇ ਪਹਿਲਾਂ ਦਿਮਾਗ 'ਚ ਅਸਟੈਬਲਿਸ਼ ਕੀਤਾ ਸੀ ਫਿਰ ਉਹ ਦੋਨੇ ਜਣੇ ਰਲ ਕੇ ਪੋਲਿਸ਼ ਜਿਹਾ ਕੀਤਾ ਹੋਇਆ ਹੁੰਦਾ ਅਤੇ ਬਿਲਕੁਲ ਅਤੇ ਜਿਹੜਾ ਆਪਣੇ ਬਾਪੂ ਦੇ ਭੋਗ 'ਤੇ ਤੁਸੀਂ ਵਿਆਹ ਵਾਲਾ ਮਾਹੌਲ ਜਿਹਾ ਬਣਾਇਆ ਉਸੇ ਵਿਆਹ ਦਾ ਕੁਛ ਲੈਣ ਦੇਣੇ ਨਹੀਂ ਨਹੀਂ ਉਸ ਵਿਆਹ ਦਾ ਕੋਈ ਤਲਕ ਨਹੀਂ ਸੀ ਬਟ ਵਧੀਆ ਮਤਲਬ ਪੰਜਾਬ ਦੇ ਵਾਹ ਵਾਹ ਜਿਹੜੇ ਭੋਗ ਦੇ ਖੈਰ ਇੰਨੇ ਨਹੀਂ ਤਗੜੇ ਕੋਈ ਕਰਦਾ ਅਤੇ ਅਸੀਂ ਬਟ ਕਿਉਂਕਿ ਇਹਨਾਂ ਨੇ ਕਦੇ ਵਿਆਹ ਨਿਆਣੇ ਵਾਲੇ ਕੰਮ ਹੀ ਕੀਤੇ ਸੀਗੇ ਇਹਨਾਂ ਨੂੰ ਬਾਪੂ ਨੇ ਕਦੇ ਕੁਛ ਖਾਣ ਨੂੰ ਨਹੀਂ ਦਿੱਤਾ ਪਰ ਬਾਪੂ ਦੀ ਭੋਗ 'ਤੇ ਇਹਨਾਂ ਨੇ ਸਾਰਾ ਕੁਛ ਆਪਣੀਆਂ ਰੀਝਾਂ ਪੂਰੀਆਂ ਕੀਤੀਆਂ ਬਿਲਕੁਲ ਬਾਪੂ ਦੇ ਭੋਗ 'ਤੇ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਅਤੇ ਇੱਕ ਹੋਰ ਗੱਲ ਹੈ ਨਿੱਕਾ ਜ਼ੈਲਦਾਰ 3 ਦੇ ਵਿੱਚ ਨਾ ਕਿ ਜਿਹੜੇ ਸੈੱਟ ਲਗਾਏ ਗਏ ਨੇ ਇਸ ਫਿਲਮ ਦੇ ਕਾਫੀ ਵੱਡੇ ਵੱਡੇ ਨੇ ਜੇ ਮੈਂ ਗੱਲ ਕਰਾਂ ਜੇ ਗਾਣੇ ਦੀ ਗੱਲ ਕਰਾਂ ਜਾਂ ਘਰ ਦੀ ਵੀ ਗੱਲ ਕਰਾਂ ਇੱਕ ਵੱਡੀ ਸਟਾਰਕਾਸਟ ਨਾਲ ਹਰ ਸੀਨ ਜਿਵੇਂ ਤੁਸੀਂ ਜਿਹੜਾ ਤੁਹਾਡੇ 'ਚ ਭੂਤ ਆਉਣ ਦਾ ਸੀਨ ਉਹਦੇ ਵਿੱਚ ਵੀ ਕਾਫੀ ਵੱਡੇ ਵੱਡੇ ਮਤਲਬ ਕਿ ਕਾਫੀ ਕਲਾਕਾਰ ਨੇ ਕਾਫੀ ਕਰਾਊਡ ਫੁੱਲ ਫਿਲਮ ਰਹੇਗੀ ਮੈਨੂੰ ਲੱਗਦਾ ਇਹ ਵੇਖਣ ਨੂੰ ਮਿਲੇਗੀ ਸੈੱਟ ਦੇ ਮਾਮਲੇ 'ਚ ਵੀ ਮਤਲਬ ਵਧੀਆ ਇਨਵੈਸਟਮੈਂਟ ਵੀ ਵਧੀਆ ਅਤੇ ਸਾਰਾ ਕੁਛ ਮਤਲਬ ਜਿਹਦੇ ਜੇ ਕਿਸੇ ਬਾਬੇ ਕੋਲ ਗਏ ਆ ਤਾਂ ਉਹਦੇ ਅੱਗੇ ਜਿਵੇਂ ਆਪਾਂ ਕਈ ਵਾਰੀ ਨਾ ਪਰਹੇਜ਼ ਕਰ ਦਿੰਦੇ ਹਾਂ ਕਾਫੀ ਫਿਲਮਾਂ 'ਚ ਮੇਰੀਆਂ 'ਚ ਵੀ ਹੋਇਆ ਕਾਫੀ ਫਿਲਮਾਂ 'ਚ ਇੱਦਾਂ ਵੀ ਇੰਨੀ ਉਹ ਨਾ ਕਰਾਊਡ ਨਾ ਸੱਦੋ ਜਾਂ ਅੱਜ ਵੀ 10 ਬੰਦਿਆਂ ਨਾਲ ਸਾਰ ਲਓ ਨਹੀਂ ਜਿੱਥੇ 500 ਰਿਕੁਆਇਰਡ ਸੀ ਜਾਂ ਜਿੰਨਾ ਵੀ ਸੀਗਾ ਉਹ ਸਾਰਾ ਅਸੀਂ ਉਹਨਾਂ ਸੱਦਿਆ ਵੀ ਘੱਟੋ ਘੱਟ ਜਿਹੜੀ ਚੀਜ਼ ਅਸੀਂ ਮਤਲਬ ਲੋਕਾਂ ਨੂੰ ਦਿਖਾ ਰਹੇ ਹਾਂ ਅਸੀਂ ਵਿਜੁਅਲਾਈਜ਼ ਕਰਾਉਣੀ ਆ ਅਤੇ ਉਹ ਪ੍ਰੋਪਰ ਇੱਕ ਵਾਰੀ ਦਿਖੇ ਅਤੇ ਬਾਕੀ ਆਰਟਿਸਟਾਂ ਦੇ ਵਿੱਚੋਂ ਵੀ ਕਾਫੀ ਵੱਡੀ ਸਟਾਰ ਕਾਸਟ ਆ ਥੀਏਟਰ 'ਤੇ ਕਾਫੀ ਆਰਟਿਸਟ ਲੈ ਗਏ ਨੇ ਜਿਵੇਂ ਕਾਪੀ ਹੋਣੀ ਨੇ ਜਾਂ ਭਾਅ ਜੀ ਨੇ ਦੂਜੇ ਬਾਕੀ ਸਾਰੀ ਟੀਮ ਤਾਂ ਉਹੀ ਹੈ ਫਾਦਰ ਸਾਹਿਬ ਨੇ ਬੰਦੇ ਸੁੱਖੀ ਭਾਅ ਜੀ ਨੇ ਨਾਲ ਅਤੇ ਗੁਰਮੀਤ ਸਾਜਨ ਸਾਹਿਬ ਨੇ ਸੰਘਾ ਭਾਅ ਜੀ ਦੇ ਵੀ ਸੀਨ ਦੇ ਵਿੱਚ ਅਤੇ ਨਾਲ ਵਾਮਿਕਾ ਸੋਨੀਆ ਜੀ ਰਿਸ਼ੀ ਮੈਮ ਸੋਈ ਸਾਹਿਬ ਅਤੇ ਬੰਨੀ ਅਤੇ ਕਾਸਟ ਬਹੁਤ ਵੱਡੀ ਹੈ ਜੀ ਬਿਲਕੁਲ ਕਾਫੀ ਵੱਡੀ ਕਾਸਟ ਆ ਹਰਦੀਪ ਗਿੱਲ ਸਾਹਿਬ ਬਿਲਕੁਲ ਅਤੇ ਹਰਦੀਪ ਗਿੱਲ ਸਾਹਿਬ ਨਾਲ ਮੈਨੂੰ ਲੱਗਦਾ ਕਿ ਇਹਨਾਂ ਦਾ ਥੋੜ੍ਹਾ ਜਿਹਾ ਕਨੈਕਸ਼ਨ ਹੈ ਹਾਂ ਉਹ ਹਣੀ ਤੁਹਾਨੂੰ ਦੱਸਾਂਗੇ ਨਹੀਂ ਲਾਲਿਆਂ ਸਾਹਿਬ ਤੁਸੀਂ ਮੈਂ ਥੋੜ੍ਹਾ ਜਿਹਾ ਸਾਥ ਹੀ ਲਾਇਆ ਸੈੱਟ ਤੇ ਆਏ ਸੀ ਉਹ ਇੰਟਰਵਿਊ ਨਹੀਂ ਕਰਕੇ ਗਏ ਇਹ 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 ਨਹੀਂ ਬੋਲਦਾ ਇਹ ਬੋਲ ਮੈਂ ਤਾਂ ਫਿਲਮ ਦੇ ਟ੍ਰੇਲਰ ਦੇ ਵਿੱਚ ਕੁਝ ਐਦਾਂ ਦਾ ਦੇਖਿਆ ਨਹੀਂ ਕਿ ਉਹਨਾਂ ਦੇ ਨਾਲ ਕੋਈ ਕਨੈਕਸ਼ਨ ਹੈ ਇਹ ਹੁਣ ਦੱਸਾਂਗੇ ਨਾ ਸਾਰਿਆਂ ਨੂੰ ਹਾਂ ਅਸੀਂ ਆਲਰੇਡੀ ਆਡੀਅנס ਨੂੰ ਥੋੜਾ ਜਿਹਾ ਆਡੀਅנס ਨਹੀਂ ਅਸੀਂ ਤੁਹਾਨੂੰ ਦੱਸਿਆ ਸੀ ਬਾਬਾ ਜੀ ਨੇ ਕੈਦ ਕੀਤਾ ਹੋਇਆ ਜਿੰਨੇ ਵਿਖਾ ਚੁੱਕਿਆ ਨਾ ਅਸੀਂ ਤੁਹਾਨੂੰ ਦੱਸਿਆ ਸੀ ਉਦੋਂ ਉੱਥੇ ਨਾਟ ਹੋਮਵਰਕ ਬਿਲਕੁਲ ਤੇ ਨਿੱਕਾ ਜ਼ੈਲਦਾਰ 3 ਦਾ ਐਂਟਰਟੇਨਮੈਂਟ ਹੈ ਜਿਹੜਾ ਉਹ ਮਤਲਬ ਕਿ ਤਿੰਨ ਤਰੀਕਿਆਂ ਨਾਲ ਇੱਕ ਤਾਂ ਜੇ ਮੈਂ ਗੱਲ ਕਰਾਂ ਕੁੜੀਆਂ ਦਾ ਰੋਲਾ ਜੀ ਉਹ ਹਮੇਸ਼ਾ ਮੈਨੂੰ ਅਸੀਂ ਭਾਅ ਜੀ ਨੇ ਵੀ ਕਿਹਾ ਸੀਗਾ ਡਾਇਰੈਕਟਰ ਸਾਹਿਬ ਨੇ ਵੀ ਇਹ ਗੱਲ ਕਹੀ ਕਿ ਜਿੰਨੀ ਦੇਰ ਤੱਕ ਕੁੜੀਆਂ ਦਾ ਰੋਲਾ ਨਹੀਂ ਹੈ ਨਾ ਉਨੀ ਦੇਰ ਤੱਕ ਨਿੱਕਾ ਕੰਪਲੀਟ ਨਹੀਂ ਹੈ ਦੂਜੇ ਪਾਸੇ ਇਸ ਵਾਰ ਤੁਸੀਂ ਪਾਲਿਆ ਭੂਤ ਦਾ ਰੋਲਾ ਤੀਜੇ ਪਾਸੇ ਤੁਸੀਂ ਪਾਲਿਆ ਬੇਬੇ ਨਾਲ ਵਿਆਹ ਕਰਨ ਦਾ ਰੋਲਾ ਕਿੰਨੇ ਕੁ ਰੋਲੇ ਇਹ ਇੱਕ ਹੋਰ ਗੱਲ ਹੈ ਇੱਕ ਹੋਰ ਗੱਲ ਪਿਛਲੀ ਫਿਲਮ ਚ ਬੇਬੇ ਨੂੰ ਬੇਬੇ ਨੇ ਤੁਹਾਨੂੰ ਪਿਆਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਦਵਾਈ ਉਹ ਤਾਂ ਪਿਆ ਨਹੀਂ ਪਾਏ ਤੇ ਇਸ ਵਾਰ ਤੁਹਾਨੂੰ ਮੈਨੂੰ ਲੱਗਦਾ ਕਿ ਮੈਂਗੋ ਸ਼ੇਕ ਪੀਤੀ ਜੱਟ ਨੇ ਤੇ ਉਹ ਤੇ ਰੋਲੇ ਵੇਖੋ ਸਾਰੇ ਆਪੋ ਆਪਣੀ ਜਗ੍ਹਾ ਆਉਂਦੇ ਨੇ ਫਿਲਮ ਦੇ ਵਿੱਚ ਅੱਡ ਅੱਡ ਉਹਨਾਂ ਦਾ ਇਹ 'ਚ ਇਹ ਆਪਦੀਆਂ ਵੀ ਗਲਤੀਆਂ ਕੁਛ ਕੁ ਨਿੱਕੇ ਦੀਆਂ ਹੁੰਦੀਆਂ ਨੇ ਆਪ ਵੀ ਕਰ ਲੈਂਦਾ ਅਤੇ ਕੁਛ ਕੁ ਉਹਦੇ ਤੋਂ ਹੋ ਜਾਂਦੀਆਂ ਨੇ ਮਤਲਬ ਇਹ ਹੱਥ ਵਸ ਨਹੀਂ ਹੁੰਦੀਆਂ ਹੋ ਜਾਂਦੀਆਂ ਨੇ ਕਰਦਾ ਕੁਛ ਹੋਰ ਆ ਉਹਦਾ ਰਿਜ਼ਲਟ ਕੁਛ ਹੋਰ ਨਿਕਲ ਆਉਂਦਾ ਇਹ 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 ਜਿਹੜਾ ਮਤਲਬ ਸਟਾਰਟਿੰਗ ਕਰਦਾ ਉਹ ਇਸ ਡਰਾਮੇ ਦੀ ਉਹ ਕਰਨਾ ਕੁਛ ਹੋਰ ਚਾਹੁੰਦਾ ਹੁੰਦਾ ਅਤੇ ਉਹ ਤੋਂ ਹੋ ਕੁਝ ਹੋ ਜਾਂਦਾ ਫਿਰ ਹੌਲੀ ਹੌਲੀ ਉਹਨੂੰ ਠੀਕ ਲੱਗਣ ਲੱਗ ਜਾਂਦਾ ਫਿਰ ਉਹ ਕਹਿੰਦਾ ਆਹ ਠੀਕ ਕੰਮ ਆ ਬਿਲਕੁਲ ਤੇ ਨਿੱਕਾ ਨਾ ਖੇਡਦਾ ਨਾ ਖੇਡਣ ਦਿੰਦਾ ਫਿਰ ਜੀ 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 ਇਸ ਫਿਲਮ ਦੇ ਵਿੱਚ ਕੋਈ ਇਹੋ ਜਿਹਾ ਹੋਣ ਵਾਲਾ ਕਿ ਜਿਹੜੇ ਨਿੱਕੇ ਦੇ ਦੋਸਤ ਹੈ ਪਹਿਲੀ ਫਿਲਮ ਦੀ ਜੇ ਮੈਂ ਗੱਲ ਕਰਾਂ ਨਿੱਕੇ ਦੇ ਦੋਸਤ ਕੋਈ ਨਹੀਂ ਹੈ ਨਿੱਕੇ ਦਾ ਜੀ ਹਾਂ ਫਿਲਮ ਵਿੱਚ ਸਾਰੇ ਦੁਸ਼ਮਣੀ ਨੇ ਬੇਸਿਕਲੀ ਨਹੀਂ ਦੁਸ਼ਮਣ ਤੁਸੀਂ ਕਹਿ ਲਓ ਜਾਂ ਵੈਸੇ ਮਤਲਬ ਸਰਕਲ ਨਹੀਂ ਵਿਖਾਇਆ ਗਿਆ ਨਿੱਕੇ ਦਾ ਕੋਈ ਉਹਨੂੰ ਜਾਣਦਾ ਉਹ ਮਤਲਬ ਇੱਕ ਗਊ ਜੀ ਹੈ ਪਹਿਲਾਂ ਤਾਂ ਇੱਕ ਗਊ ਜੀ ਵਿਚਾਰਾ ਸੰਤ ਜਿਹਾ ਬੰਦਾ ਉਹ ਪੱਠੇ ਪੁੱਠੇ ਪਾਉਣ ਵਾਲਾ ਗੋਹਾ ਗੋਹਾ ਚੁੱਕਣ ਤੁਸੀਂ ਪਹਿਲੇ ਸੀਨ 'ਚ ਵੇਖਣਾ ਮਾਲਕਾ ਵਾਲਾ ਆਉਂਦਾ ਸਾਰਿਆਂ ਨੂੰ ਗੋਹੇ ਢੋਂਦਾ ਅਤੇ ਉਹ ਹੋਰ ਮੁੜ ਕੇ ਜਦੋਂ ਮਿਲਦੀ ਯਾਦੀ ਫਿਰ ਬਣਾਉਂਦਾ ਨੇਰੀ ਮੈਂ
ਭਾਜੀ ਇਸ ਫਿਲਮ ਦੇ ਵਿੱਚ ਨਾ ਮੈਨੂੰ ਲੱਗਦਾ ਕਿ ਨਿੱਕਾ ਦੇ ਵਿੱਚ ਤੁਹਾਨੂੰ ਖੁੱਲ ਕੇ ਐਕਟਿੰਗ ਕਰਨ ਦਾ ਮੌਕਾ ਮਿਲਿਆ ਇਸ ਵਾਰ ਜਦੋਂ ਮਤਲਬ ਐਕਟਿੰਗ ਇਜ਼ ਡਜ਼ਨਟ ਲਾਈਕ ਵੀ ਡਜ਼ਨਟ ਮੀਨ ਵੀ ਉਹ ਹੋਊਗਾ ਉਹਦਾ ਵੀ ਤੁਹਾਨੂੰ ਉੱਚੀ ਬੋਲੋਗੇ ਤਾਂ ਤੁਸੀਂ ਖੁੱਲ ਕੇ ਐਕਟਿੰਗ ਕਰੋਗੇ ਉਹ ਤਾਂ ਤੁਸੀਂ ਜੇ ਬੇਸਿਕਲੀ ਮੈਂ ਤਾਂ ਰੋਇਆ ਨਹੀਂ ਇਹ 'ਚ ਉਹ ਵਾਲਾ ਪਾਰਟ ਰਹੀਗਾ ਇਮੋਸ਼ਨਲੀ ਨਹੀਂ ਹੋਇਆ ਰੋਇਆ ਨਹੀਂ ਉਹ ਪਾਰਟ ਨਹੀਂ ਹੋਇਆ ਉਹ ਲਾਈਕ ਸਭ ਤੋਂ ਮੈਨੂੰ ਮੇਰਾ ਸੋਰੀ ਪਸੰਦੀਦਾ ਹੁੰਦਾ ਵੀ ਜਿਹੜੇ ਇਮੋਸ਼ਨਸ ਹੋਣ ਜਿਵੇਂ ਕਿਸਮਤ ਦਾ ਕਲਾਈਮੈਕਸ ਸੀਗਾ ਜਾਂ ਇੱਕ ਦੋ ਫਿਲਮਾਂ ਹੋਰ ਸੀਗੀਆਂ ਉਹਨਾਂ 'ਚ ਹੋਇਆ ਮਨ ਹਰਜੀਤ ਸੀਗਾ ਥੋੜ੍ਹਾ ਬਹੁਤ ਸੋ ਉਹ ਮੇਰੇ ਫੇਵਰੇਟ ਪਰਸਨ ਫੇਵਰੇਟ ਰੋਲ ਨੇ ਬਾਕੀ ਹਰ ਅਦਾਕਾਰ ਨੂੰ ਜਾਂ ਹਰ ਆਰਟਿਸਟ ਨੂੰ ਕਿਹੋ ਜਿਹਾ ਸੀਨ ਕਰਕੇ ਵਧੀਆ ਲੱਗਦਾ ਉਹਨੂੰ ਵੀ ਉਹਨੂੰ ਲੱਗਦਾ ਵੀ ਲੋਕ ਮੈਨੂੰ ਪਸੰਦ ਕਰਨਗੇ ਜਿਹੜਾ ਉਹਨੂੰ ਸੋਚ ਮੈਨੂੰ ਉਹ ਲੱਗਦਾ ਉਹ 'ਚ ਬਿਲਕੁਲ ਨਹੀਂ ਕਰਨ ਦਾ ਮੌਕਾ ਮਿਲਿਆ ਹਾਂ ਇੱਦਾਂ ਹੈ ਵੀ ਇਹੋ ਜਿਹਾ ਕਰੈਕਟਰ ਨਹੀਂ ਮੈਂ ਕੀਤਾ ਮਤਲਬ ਇੰਨੀ ਉੱਚੀ ਬੋਲਣ ਵਾਲਾ ਕੋਈ ਜਾਂ ਜਦ ਕੋਈ ਮਤਲਬ ਇਹ 'ਚ ਕੋਈ ਚੀਜ਼ ਆਈ ਹੋਵੇ ਕਦੇ ਕਿਸੇ 'ਚ ਕੋਈ ਜਾਂ ਕਿਸੇ ਨੂੰ ਕਹਿੰਦੇ ਕਸਰ ਹੋਈ ਹੋਵੇ ਇੱਕ ਡਿਫਰੈਂਟ ਜਿਹਾ ਕਨਸੈਪਟ ਜਿਹਦੀ ਮੈਂ ਗੱਲ ਕਰਾਂ ਕਿ ਵਾਕਈ ਡਿਫਰੈਂਟ ਜਿਹਾ ਵੇਖਣ ਨੂੰ ਮਿਲਦਾ ਕਿ ਨਿੱਕਾ ਜ਼ਾਇਲਦਾਰ ਤੇ ਸੋਨੀ ਜੀ ਤੁਸੀਂ ਜਦੋਂ ਨਿੱਕਾ ਜ਼ਾਇਲਦਾਰ ਦਾ ਤੀਜੇ ਦਾ ਪਾਰਟ ਬਣ ਲੱਗੇ ਸੈਕਿੰਡ 'ਚ ਨਹੀਂ ਸੀ ਤੁਸੀਂ ਤਾਂ ਜਦੋਂ ਤੁਹਾਨੂੰ ਦੁਬਾਰਾ ਤੁਹਾਡੇ ਕੋਲ ਨਿੱਕਾ ਜ਼ਾਇਲਦਾਰ ਆਈ ਤਾਂ ਕਿੰਨੀ ਕੁ ਐਕਸਾਈਟਮੈਂਟ ਹੋਈ ਕਿ ਹਾਂ ਫਿਰ ਮੈਂ ਨਿੱਕੇ ਦੇ ਨਾਲ ਕੰਮ ਕਰੂੰਗੀ ਨਿੱਕਾ 'ਚ ਆਊਂਗੀ ਅਫਕੋਰਸ ਮੈਂ ਨਿੱਕਾ ਤੋਂ ਸਟੋਪ ਕੀਤਾ ਸੀਗਾ ਕੰਮ ਕਰਨਾ ਐਂਡ ਨਿੱਕਾ 3 ਤੋਂ ਮੈਂ ਸਟਾਰਟ ਕਰ ਰਹੀ ਹਾਂ ਐਂਡ ਆਈ ਵਾਸ ਲਾਈਕ ਥੋੜ੍ਹਾ ਬਹੁਤ ਪਲੈਨਡ ਵੀ ਸੀਗਾ ਐਂਡ ਆਈ ਨਿਊ ਦਿਸ ਥਿੰਗ ਲਾਈਕ ਥੋੜ੍ਹਾ ਜਿਹਾ ਪਹਿਲਾਂ ਤੋਂ ਬਟ ਅਫਕੋਰਸ ਲਾਈਕ ਇੰਨੀ ਵੱਡੀ ਫਿਲਮ ਹੈ ਦੁਬਾਰਾ ਇੱਕ ਵਾਰ ਇੰਨੀ ਵੱਡੀ ਓਪਰਚੁਨਿਟੀ ਮਿਲ ਰਹੀ ਸੀ ਮੈਨੂੰ ਤਾਂ ਰਿਸਪੋਂਸਿਬਿਲਿਟੀ ਤਾਂ ਸੀਗੀ ਕਿਉਂਕਿ ਬਾਰ ਬਾਰ ਤੁਹਾਨੂੰ ਇੱਦਾਂ ਦੇ ਮੌਕੇ ਮਿਲਦੇ ਨਹੀਂ ਹੈ 1 'ਚ ਵੀ ਮੌਕਾ ਮਿਲਿਆ 3 'ਚ ਵੀ ਮਿਲ ਗਿਆ ਐਂਡ ਆਈ ਟਰਾਈਡ ਮਾਈ ਲੈਵਲ ਬੈਸਟ ਜੀ ਅਤੇ ਭਾਅ ਜੀ ਨਿੱਕਾ 3 ਜਿਹੜੀ ਹੈ ਨਾ ਮੈਨੂੰ ਇਹ ਲੱਗਦਾ ਕਿ ਯੂਟਿਊਬ ਦੇ ਪੁਆਇੰਟ ਆਫ ਵਿਊ ਨਾਲ ਜੇ ਮੈਂ ਵੇਖਾਂ ਤਾਂ ਨਿੱਕਾ 3 ਮਤਲਬ ਕਿ ਸਾਰਿਆਂ ਨੂੰ ਕਾਫੀ ਇੰਪ੍ਰੈਸ ਕਰ ਰਹੀ ਹੈ ਅਤੇ ਤੁਸੀਂ ਨਿੱਕਾ 3 ਦੀ ਹੋਰ ਕਿਹੜੀ ਸੀਕਰੇਟ ਗੱਲ ਹੈ ਜਿਹੜੀ ਆਡੀਅੰਸ ਨੂੰ ਦੱਸ ਕੇ ਉਹਨਾਂ ਦੀ ਐਕਸਾਈਟਮੈਂਟ ਵਧਾਉਣਾ ਚਾਹੋਗੇ ਟ੍ਰੇਲਰ ਦੇ ਵਿੱਚ ਤਾਂ ਅਸੀਂ ਕਾਫੀ ਕੁਝ ਦੇਖ ਲਿਆ ਇਸ ਤੋਂ ਇਲਾਵਾ ਨਹੀਂ ਦੱਸੀ ਦੀ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਰੱਖਣ ਵਾਲੀ ਮਤਲਬ ਕਰੈਕਟਰਾਈਜੇਸ਼ਨ ਵੀ ਆਲਮੋਸਟ ਤੁਹਾਨੂੰ ਸਾਰੀ ਪਤਾ ਇੱਕ ਤਾਂ ਸਸਪੈਂਸ ਹੈ ਜਿਹੜਾ ਮਤਲਬ ਤੁਸੀਂ ਐਂਡ ਦੇ ਵਿੱਚ ਲਾਸਟ ਦੇਖੋਗੇ ਤੇ ਉਹ ਵੇਖ ਕੇ ਤੁਸੀਂ ਹੱਸੋਗੇ ਜਿਹੜੀ ਚੀਜ਼ ਹੈ ਬੇਸਿਕਲੀ ਦਰਦ ਜ਼ਰੂਰ ਹੋਣਾ ਤੇ ਟਿਸ਼ੂ ਜ਼ਰੂਰ ਲੈ ਜਾਓ ਨਾਲ ਚਿੱਟੀਆਂ ਆਪਣੇ ਵੱਲੋਂ ਪੂਰੀਆਂ ਚਿੱਟੀਆਂ ਲੈ ਕੇ ਆਇਆ ਵੀ ਮੈਂ ਫੁਕਰਾਂ ਨਾਲ ਲੱਗਾ ਪਰ ਨਹੀਂ ਗਾ ਮੈਂ ਤੁਹਾਨੂੰ ਲੱਗ ਕੇ ਮਾਫ਼ ਕਰਿਓ ਬਾਈ ਨਹੀਂ ਨਹੀਂ ਅਤੇ ਭਾਅ ਜੀ ਇੱਕ ਮੈਂ ਹੋਰ ਤੁਹਾਨੂੰ ਮੁਬਾਰਕਾਂ ਦੇਣਾ ਚਾਹੁੰਦਾ ਕਿ ਦੂਜੀ ਫਿਲਮ ਦਾ ਵੀ ਸ਼ੂਟ ਸਟਾਰਟ ਹੋ ਗਿਆ ਉਹਦੇ ਲਈ ਵੀ ਤੁਹਾਨੂੰ ਮੁਬਾਰਕਾਂ 83 ਦਾ ਵੀ ਤੁਸੀਂ ਸ਼ੂਟ ਕਰ ਆਏ ਹੋ ਅਤੇ ਨਿੱਕੇ ਦੇ ਲਈ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਤੇ 20 ਸਪਤੰਬਰ ਨੂੰ ਆ ਰਹੀ ਹੈ ਨਿੱਕਾ ਜ਼ਾਇਲਦਾਰ 3 ਅਤੇ ਜਿਵੇਂ ਭਾਅ ਜੀ ਉਹਨਾਂ ਨੇ ਕਿਹਾ ਕਿ ਟਿਸ਼ੂ ਜ਼ਰੂਰ ਨਾਲ ਲੈ ਜਾਇਓ ਅਤੇ ਕਿਉਂਕਿ ਹੱਸ ਹੱਸ ਕੇ ਵੱਖੀਆਂ ਪੀੜ ਹੋਣ ਵਾਲੀਆਂ ਸਾਰਿਆਂ ਦੀਆਂ ਟਿਸ਼ੂ ਵੱਖੀਆਂ ਨਹੀਂ ਕੰਮ ਆਉਣੇ ਉਹ ਅੱਖਾਂ ਦੇ ਜਦੋਂ ਪਾਣੀ ਜਾਣਾ ਅੱਖੀਆਂ ਕਿਵੇਂ ਟਿਸ਼ੂ ਕੰਮ ਨਹੀਂ ਕਰਨਾ ਜਿਹੜਾ ਅੱਖਾਂ ਚ ਪਾਣੀ ਆਣਾ ਨਾ ਉਹ ਤੁਹਾਨੂੰ ਫਿਰ ਜੇਬ ਚ ਟਿਸ਼ੂ ਕੱਢਣ ਦੀ ਲੋੜ ਪੈਣੀ ਹੈ ਥੈਂਕ ਯੂ ਸੋ ਮਚ ਭਾਜੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਫੋਰ ਐਵਰ ਮੀਡੀਆ ਨਾਲ ਥੈਂਕ ਯੂ ਸੋ ਮਚ ਮੈਮ ਤੇ ਮੈਂ ਉਮੀਦ ਕਰਦਾ ਕਿ ਨਿੱਕਾ ਜ਼ਾਇਲਦਾਰ